ਕਰਨ ਵਾਲੀ ਸਰਕਾਰ ਮਰਦਾਬਾਦ 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 ਛੱਟੜ ਸਰਕਾਰ ਮਰਦਾਬਾਦ 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 ਛੱਟੜ ਮੋਦੀ ਮਰਦਾਬਾਦ 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 ਛੱਟੜ ਮੋਦੀ ਮਰਦਾਬਾਦ ਮਰਦਾਬਾਦ ਕੋਈ ਨਹੀਂ ਕੋਈ ਨਹੀਂ ਰਹਿਣ ਇੱਥੇ ਬਾਰੇ ਛੋਟੇ ਲੇਕਿਨ ਜੇਕਰ ਅੱਜ ਵੀ ਅਸਮਾਨ ਲਟਿਆ ਜਾ ਰਿਹਾ ਜੀ ਆਟੇ ਹੋਰੀਆਂ ਦੇ ਵਿੱਚ ਦਿਆ ਜਾ ਰਿਹਾ ਹੈ ਸਰਵਰ ਦਿਨ ਬੰਦਹਿਰ ਕੰਮਲ ਵੀ ਤਿਆਰੀਆਂ ਹੋ ਰਹੀਆਂ ਪੂਰੀ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਦੱਸਿਆ ਜਾਊਗਾ ਕਿ ਕੱਲ ਆਈਜੀ ਬਾਰਡਰ ਜ਼ੋਨ ਵੱਲੋਂ ਜਿਵੇਂ ਆਇਆ ਸੀਗਾ ਪੈਸੀ ਰੇਲ 트랙 ਤੋਂ ਪੈਸੇਂਜਰ ਗੱਡੀਆਂ ਨਹੀਂ ਨਿਕਾਉਣੀਆਂ ਪਰ ਉੱਥੇ ਸਾਨੂੰ ਕੋਈ ਜੇ 2 ਤੋਂ 4 ਤੁਹਾਡੇ ਬੰਦੇ ਕਰਦੇ ਆ ਕੋਈ ਹਾਦਸਾ ਵਗੈਰਾ ਜਾਂ ਕੋਈ ਮਸਲਾ ਨਾ ਬਣ ਜਾਵੇ ਤੇ ਜਦੋਂ ਪ੍ਰਸ਼ਾਸਨ ਨੇ ਹੁਣ ਉਸ ਟ੍ਰੈਕ ਤੋਂ ਪੈਸੇਂਜਰ ਗੱਡੀਆਂ ਨਹੀਂ ਲਗਾਉਣੀਆਂ ਤੇ ਆਪਾਂ ਜਥੇਬੰਦੀ ਨੇ ਫੈਸਲਾ ਕੀਤਾ ਸੂਬਾ ਕਮੇਟੀ ਨੇ ਵੀ ਆਪਾਂ 2 ਤੋਂ 4 ਵੀ ਹੁਣ ਰੇਲ ਤੇ ਨਹੀਂ ਬੈਠਿਆ ਕਰਾਂਗੇ ਤੇ ਸਟੇਸ਼ਨ ਦੇ ਲਾਗੇ ਜਿਹੜੀ ਖੁੱਲੀ ਗਰਾਊਂਡ ਆ ਇੱਥੇ ਸਾਡਾ ਰੇਲ ਰੋਕੋ ਅੰਦੋਲਨ ਜਾਰੀ ਰਹੂਗਾ ਰੇਲ ਰੋਕੋ ਅੰਦੋਲਨ ਅਸੀਂ ਵਾਪਸ ਨਹੀਂ ਲਾਂਗੇ ਦੂਸਰਾ ਜਿਵੇਂ ਖੱਟਰ ਸਰਕਾਰ ਨੇ ਜ਼ੁਲਮ ਕੀਤਾ ਮੋਦੀ ਦੇ ਕਹਨ ਤੇ ਤੇ ਜਿਵੇਂ ਕੱਲ ਹਰਿਆਣੇ ਦੇ ਕਿਸਾਨਾਂ ਨੇ ਜੋ ਕੁਝ ਵਿਖਾਇਆ ਵਾ ਸੰਨੀ ਦਿਓਲ ਤੇ ਮੋਦੀ ਸਰਕਾਰ ਦੇ ਹੱਕ ਚ ਛਾਲਾ ਮਾਰ ਰਿਹਾ ਵਾ ਪਰ ਸਾਡੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਜਿਹੜੇ ਸੂਰਬੀਰਾਂ ਨੇ ਹਕੀਕੀ ਰੂਪ ਵਿੱਚ ਇਹ ਛਾਲਾ ਮਾਰ ਕੇ ਜਿਵੇਂ ਨਾਕੇ ਤੋੜੇ ਨੇ ਜਿਵੇਂ ਅੱਗੇ ਵਧੇ ਨੇ ਇਹ ਵਧਾਈ ਦੇ ਯੋਗਤਰ ਨੇ ਅੱਜ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਦੇ ਬਹਾਦਰ ਯੋਧਿਆਂ ਨੇ ਫਿਰ ਹਰਿਆਣਾ ਸਰਕਾਰ ਦੇ ਜ਼ੁਲਮ ਅਥਰੂ ਗੈਸ ਪਾਣੀ ਦੀਆਂ ਬਿਸ਼ਾਰਾ ਹਲਕਾ-ਪੁਲਕਾ ਲਾਟੀਚਾਰ ਦੇ ਬਾਵਜੂਦ ਰੋਕਾਂ ਤੋੜ ਕੇ ਅੱਗੇ ਵਧ ਰਹੇ ਨੇ ਅਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਨੇ ਆ ਵੀ ਭਾਈ ਤੁਹਾਡੇ ਸਿਰ ਤੇ ਪੰਜਾਬ ਤੇ ਦੇਸ਼ ਤੇ ਕਿਸਾਨੀ ਦਾ ਭਿਕ ਖੜਾ ਵਾ ਸੋ ਸਰਕਾਰ ਜ਼ੁਲਮ ਕਰ ਸਕਦੀ ਆ ਇਹ ਜ਼ੁਲਮ ਸਹਿ ਕੇ ਵੀ ਅਸੀਂ ਅੱਗੇ ਵਧਾਂਗੇ ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਆਪਦੇ ਸੈਂਕੜੇ ਪਿੰਡਾਂ ਦੀ ਜਿਹੜੀ ਤਿਆਰੀ ਹੋਈ ਆ ਕੱਥੂ ਨੰਗਲ ਤੇ ਜੋਨ ਤਰਸਿੱਕਾ ਦੇ ਵਿੱਚ ਉਹਦੇ ਜਾਜੇ ਲੈ ਕੇ ਟਰਾਲੀਆਂ ਤਿਆਰ ਕਰ ਰਹੀ ਆ ਕੱਲ ਦਿੱਲੀ ਨੂੰ ਵੱਡਾ ਜਥਾ ਅੰਮ੍ਰਿਤਸਰ ਤੋਂ ਤੇ ਤਰਨਤਾਰਨ ਤੋਂ ਹਰੀਕੇ ਪੱਤਨ ਤੋਂ ਵੱਡਾ ਜਥਾ ਰਸਤ ਪਾਣੀ ਲੈ ਕੇ ਰਵਾਨਾ ਹੋਊਗਾ ਇੱਕ ਹੋਰ ਕੈਪਟਨ ਸਰਕਾਰ ਦਾ ਨੰਗਾ ਚਿਹਰਾ ਹੋ ਗਿਆ ਉਹ ਮੋਦੀ ਸਰਕਾਰ ਨਾਲ ਰਲ ਕੇ ਸਾਡੇ ਖਿਲਾਫ ਹਾਈ ਕੋਰਟ ਦੇ ਵਿੱਚ ਠੀਕ ਹੈ ਜੀ ਸਾਡਾ ਅੰਦੋਲਨ ਵਾਪਸ ਲੈਣ ਲਈ ਦਬਾਅ ਪਾ ਰਹੀ ਆ ਸੋ ਇਸ ਕਰਕੇ ਭਰਾਵੋ ਏ ਵੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਤੇ ਜਿਹੜਾ ਮੋਦੀ ਤੇ ਖੱਟਰ ਜ਼ੁਲਮ ਕਰ ਰਿਹਾ ਸਾਡੇ ਕਿਸਾਨਾਂ ਤੇ ਅਸੀਂ ਫੈਸਲਾ ਕੀਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਅਰਥੀ ਫੂਕ ਮਦਾਰੇ ਅਸੀਂ ਅੱਜ ਕੱਲ ਲਗਾਤਾਰ ਕਰਾਂਗੇ ਅਰਥੀ ਫੂਕ ਮਜਾਰੇ ਤੇ ਜਿਹੜੀ ਸਰਕਾਰ ਆ ਦੇ ਪੈਰਾਂ ਥੱਲੇ ਅੱਗ ਮਚਾਵਾਂਗੇ ਸੋ 2 ਵਜੇ ਦੇ ਕਰੀਬ 2:30 ਵਜੇ ਦੇ ਕਰੀਬ ਆ ਆਪਣਾ ਜੰਡਿਆਲਾ ਗਰੂਪ ਖੇੜਾ ਮੋਰਚਾ ਚੱਲ ਰਿਹਾ ਉਹਦੇ ਵਿੱਚ ਵੀ ਖੱਟਰ ਦੀ ਜਿਹੜੀ ਆ ਅਰਥੀ ਫੁਕਾਂਗੇ ਤੇ ਇਸੇ ਤਰੀਕੇ ਨਾਲ ਜਦੋਂ ਤੱਕ ਖੇਤੀ ਦੇ ਕਾਨੂੰਨ ਤਿੰਨ ਵਾਪਸ ਨਹੀਂ ਲੈ ਲੈ ਜਾਂਦੇ ਇਹ ਅੰਦੋਲਨ ਲਗਾਤਾਰ ਜਾਰੀ ਰਹੂਗਾ ਟਰੇਡ ਜਥੇਬੰਦੀਆਂ ਦਾ ਬੜਾ ਅੱਜ ਸਫਲ ਬੰਦਿਆ ਜਿਹੜਾ ਪੰਨਬਸ ਨੇ ਸਾਨੂੰ ਫੋਨ ਕੀਤਾ ਉਹਨਾਂ ਦੇ ਆਗੂਆਂ ਨੂੰ 18 ਡੀਪੂ ਜਾਮ ਨੇ ਪ੍ਰਾਈਵੇਟ ਬੱਸ ਵਰਕਰ ਦੇ ਜਿਹੜੇ ਵਰਕਰ ਨੇ ਉਹਨਾਂ ਨੇ ਵੀ ਜਾਂ ਬੰਦ ਕੀਤੀਆਂ ਹੋਈਆਂ ਬੱਸਾਂ ਖੇਤੀ ਕਰਨ ਨੂੰ ਰੱਦ ਕਰਨ ਵਾਸਤੇ ਸੋ ਪੂਰੇ ਦੇਸ਼ ਵਿੱਚ ਨੂੰ ਰਲ ਕੇ ਜਿਹੜਾ ਦਿੱਲੀ ਦੇ ਖਿਲਾਫ ਅੰਦੋਲਨ ਚੱਲ ਰਿਹਾ ਅੱਜ ਪੂਰੀ ਪੰਜਾਬੀ ਕੌਮ ਇੱਕ ਮੋਟੋ ੋ ਕੇ ਦਿੱਲੀ ਦੇ ਖਿਲਾਫ ਲੜ ਰਹੀ ਆ ਇਹ ਵਧਾਈ ਦੇ ਪਾਤਰ ਆ ਉਹ ਦਿਨ ਆਊਗਾ ਵੀ ਮੋਦੀ ਦੇਸ਼ ਤੇ ਪੰਜਾਬ ਦੇ ਲੋਕਾਂ ਦੇ ਗਾੜੀ ਹਾਰੂਗਾ ਉਹਦੀਆਂ ਨੀਤੀਆਂ ਤੇ ਕਾਰਪੋਰੇਟ ਘਰਾਣੇ ਅਸੀਂ ਕਿਸੇ ਵੀ ਕਿਸਮ ਤੇ ਪੰਜਾਬ ਦੀ ਖੇਤੀ ਤੇ ਹਾਵੇ ਨਹੀਂ ਹੋਣਦਾਂਗੇ ਧੰਨਵਾਦ